ब्रॉडवे तुहाडे विदेश जाण दे सुपनियां नूं देवेगा हकीकत दी उड़ान। ਸਤਿ ਸ਼੍ਰੀ ਅਕਾਲ ਦੋਸਤ, ਜ਼ਿਆਦਾ ਸਮਾਂ ਤੁਹਾਡਾ ਮੈਂ ਸਟਾਰਟਿੰਗ 'ਚ ਨਹੀਂ ਲਊਂਗਾ, ਸਿਰਫ ਇੱਕ ਮਿੰਟ ਦਾ ਵੀਡੀਓ ਰਹੇਗਾ। 30 ਸੈਕਿੰਡ ਦੀਆਂ ਦੋ ਇੰਪੋਰਟੈਂਟ ਗੱਲਾਂ ਦੱਸਣੀਆਂ ਚਾਹੂੰਗਾ। ਸਭ ਤੋਂ ਪਹਿਲਾਂ, ਵੱਧ ਰਹੀ ਕੋਵਿਡ ਦੀ ਸਿਚੁਏਸ਼ਨ ਦੇ ਵਿੱਚ ਕੋਸ਼ਿਸ਼ ਕਰੋ ਕਿ ਵੱਧ ਤੋਂ ਵੱਧ ਜਿਹੜੀਆਂ ਸਰਵਿਸਿਜ਼ ਨੇ ਉਹਨਾਂ ਨੂੰ ਔਨਲਾਈਨ ਯੂਟੀਲਾਈਜ਼ ਕਰੋ ਪਰਸਨਲ ਲਾਈਫ ਦੇ ਵਿੱਚ। ਸੋ ਬ੍ਰੌਡਵੇ ਵੀਜ਼ਾ ਅਪਲਾਈ ਕਰਨ ਵਾਲਿਆਂ ਲਈ ਵੀ ਔਨਲਾਈਨ ਸਰਵਿਸਿਜ਼ ਅਸਿਸਟ ਕਰ ਰਹੀ ਹੈ। ਤੁਸੀਂ ਸਾਡੀ ਵੈਬਸਾਈਟ 'ਤੇ ਜਾਓ, broadwaystudy.com, ਬੁੱਕ ਯੋਰ ਕਾਉਂਸਲਿੰਗ ਦਾ ਫੋਰਮ ਭਰੋ ਔਰ 24 ਘੰਟੇ ਦੇ ਵਿੱਚ ਸਾਡੀ ਟੀਮ ਤੁਹਾਨੂੰ ਵੀਡੀਓ ਕਾਲ 'ਤੇ ਕਨੈਕਟ ਹੋਏਗੀ। ਤੁਸੀਂ ਆਪਣਾ ਪੂਰਾ ਪ੍ਰੋਫਾਈਲ ਡਿਸਕਸ ਕਰਕੇ ਘਰੇ ਬੈਠੇ ਆਪਣੇ ਕੇਸ ਨੂੰ ਇਨਰੋਲਡ ਕਰਕੇ ਚਲਾ ਸਕੋਗੇ ਔਰ ਬ੍ਰੌਡਵੇ ਤੁਹਾਨੂੰ ਵੀਜ਼ਾ ਤੱਕ ਦੀ ਸਾਰੀ ਸਰਵਿਸ ਔਨਲਾਈਨ ਘਰੇ ਬੈਠੇ ਦੇਗੀ। ਇਸ ਤੋਂ ਇਲਾਵਾ ਜਿਹੜੇ ਬੱਚੇ ਆਲਸ PT ਡਿਊਲਿੰਗੋ ਦੀਆਂ ਕੋਚਿੰਗ ਲੈਣਾ ਚਾਹੁੰਦੇ ਆ, ਉਹਨਾਂ ਲਈ ਅਸੀਂ ਸਪੈਸ਼ਲ ਕਲਾਸਿਸ ਸਟਾਰਟ ਕੀਤੀਆਂ ਨੇ, ਜਿਹਦੇ ਵਿੱਚ ਇੱਕ ਟੀਚਰ, 3 ਸਟੂਡੈਂਟ ਔਰ 1 ਘੰਟੇ ਦੀ ਡੈਡੀਕੇਟਿਡ ਕਲਾਸ ਹੋਏਗੀ। ਉਹਦੇ ਨਾਲ ਅਰਾਊਂਡ 12 ਤੋਂ 13 ਘੰਟੇ ਤੁਹਾਨੂੰ ਇੱਕ ਵਟਸਐਪ ਨੰਬਰ ਦਿੱਤਾ ਜਾਏਗਾ, ਆਵਰਸ ਉਹਦੇ ਦੱਸੇ ਜਾਣਗੇ, ਜਿਹਦੇ ਵਿੱਚ ਤੁਸੀਂ ਆਪਣੇ ਕੋਈ ਵੀ ਕੁਐਸਚਨ, ਡਾਊਟਸ ਡਿਊਰਿੰਗ ਦਾ ਪ੍ਰੈਕਟਿਸ ਜਿਹੜੀ ਤੁਸੀਂ ਘਰੇ ਕਰਦੇ ਹੋ ਉਹ ਪੁੱਛ ਸਕੋ। ਟੀਮ ਨਾਲ ਕਨੈਕਟ ਕਰੋ। ਅੱਜ ਦੇ ਇੰਪੋਰਟੈਂਟ ਸ਼ੋਅ ਵੱਲ ਚੱਲਦੇ ਹਾਂ। ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਬ੍ਰੌਡਵੇ ਸਟੱਡੀ ਵੀਜ਼ਾ ਟਿਪਸ ਦੇ ਸਾਡੇ ਇਸ ਖਾਸ ਸ਼ੋਅ ਦੇ ਵਿੱਚ। ਗੱਲਬਾਤ ਕਰਨ ਲਈ ਮੌਜੂਦ ਨੇ ਜਗਪ੍ਰੀਤ ਸਿੰਘ ਜੀ, ਜਿਹੜੇ ਕਿ ਸੀਨੀਅਰ ਕੰਸਲਟੈਂਟ ਨੇ ਬ੍ਰੌਡਵੇ ਇਮੀਗ੍ਰੇਸ਼ਨ ਦੇ। ਜਗਪ੍ਰੀਤ ਜੀ, ਸਵਾਗਤ। ਥੈਂਕ ਯੂ ਦੀਪਕ ਜੀ, ਥੈਂਕ ਯੂ। ਔਰ ਵੀਡੀਓ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ, UK ਦਾ ਇਸ ਕੋਵਿਡ ਦੇ ਪੀਰੀਅਡ ਦੇ ਦੌਰਾਨ ਬਹੁਤ ਹੀ ਪੋਜ਼ਿਟਿਵ ਐਟੀਟਿਊਡ ਰਿਹਾ ਅਤੇ ਸਟੂਡੈਂਟਸ ਦੇ ਵੀਜ਼ਾਜ਼ ਵੀ ਸਭ ਤੋਂ ਪਹਿਲਾਂ UK ਦੇ ਹੀ ਸ਼ੁਰੂ ਹੋਏ ਨੇ। UK ਦਾ ਜਿਹੜਾ ਸੈਪਟੈਂਬਰ ਇਨਟੇਕ ਆ, ਜਿਹੜੇ ਸਟੂਡੈਂਟਸ ਖੁੰਝ ਗਏ ਨੇ ਉਹਨਾਂ ਵਾਸਤੇ UK ਨੇ ਨਵੰਬਰ ਇਨਟੇਕ ਦੇ ਰੂਪ ਦੇ ਵਿੱਚ ਇੱਕ ਗੋਲਡਨ ਓਪਰਚੁਨਿਟੀ ਦਿੱਤੀ ਹੈ। ਗੱਲ ਕਰਾਂਗੇ ਇਸੇ ਨਵੰਬਰ ਇਨਟੇਕ ਦੀ, ਕੀ ਪੋਸੀਬਿਲਿਟੀਜ਼ ਨੇ, ਕਿੰਨਾ ਕੁ ਸਮਾਂ ਰਹਿ ਗਿਆ, ਕੀ ਰਿਆਇਤਾਂ ਅਤੇ ਸਹੂਲਤਾਂ ਨੇ ਨਵੰਬਰ ਇਨਟੇਕ ਦੇ। ਜੀ ਜਗਪ੍ਰੀਤ, ਬਿਲਕੁਲ ਦੀਪਕ ਜੀ, ਜਿਵੇਂ ਆਪਾਂ ਦੇਖਿਆ ਕਿ ਸਪਟੈਂਬਰ ਇਨਟੇਕ ਬਹੁਤ ਹੀ ਪੋਜ਼ਿਟਿਵ ਵੀ ਗਿਆ। ਮੈਂ ਇਹਨੂੰ ਹਾਲੇ ਸਟਿਲ ਸਟੂਡੈਂਟਸ ਨੂੰ ਕਹਿੰਦਾ ਕਿ ਕੁਛ ਸਪੈਸੀਫਿਕ ਯੂਨੀਵਰਸਿਟੀਜ਼ ਦੇ ਵਿੱਚ ਸਟਿਲ ਹਾਲੇ ਐਪਲੀਕੇਸ਼ਨਸ ਚੱਲ ਸਕਦੀਆਂ ਨੇ, ਜਿਹਨਾਂ ਦੀਆਂ ਕਲਾਸਿਸ ਸਪਟੈਂਬਰ ਦੇ ਲਾਸਟ ਜਾਂ ਅਕਤੂਬਰ ਦੇ ਫਸਟ ਵੀਕ 'ਚ ਹੈ। ਬਟ ਉਹ ਬਹੁਤ ਹੁਣ ਲਿਮਿਟਿਡ ਹੈ, ਉਹਦੇ ਲਈ ਕੋਈ ਖਾਸ ਸਮਾਂ ਨਹੀਂ ਰਹਿ ਗਿਆ, ਮਤਲਬ ਉਹ ਲਾਸਟ ਐਜ ਓਪਰਚੁਨਿਟੀ ਹੈ। ਸੋ ਇਸ ਚੀਜ਼ ਦੇ ਵਿੱਚ ਕੁਛ ਲਾਸਟ ਆਪਾਂ ਵੀਡੀਓਜ਼ ਵੀ ਕੀਤੇ ਸੀ, ਕੁਛ ਲਾਈਵ ਸ਼ੋਅ ਦੇ ਵਿੱਚ ਵੀ ਮੈਂ ਇੱਕ ਵਾਰ ਇੱਕ ਚੀਜ਼ ਨੂੰ ਕਲੀਅਰ ਕੀਤਾ ਸੀ ਕਿ ਜਨਵਰੀ 2021 ਤੋਂ UK ਦੇ ਜਿਹੜੇ ਇਮੀਗ੍ਰੇਸ਼ਨ ਰੂਲਸ ਨੇ ਉਹ ਚੇਂਜ ਹੋ ਰਹੇ ਨੇ, ਕੁਛ ਨਵੇਂ ਪੁਆਇੰਟਸ ਆਣਗੇ। ਸੋ ਉਹਨਾਂ ਪੁਆਇੰਟਸ ਨੂੰ ਅਗਰ ਧਿਆਨ ਵਿੱਚ ਰੱਖੀਏ ਤਾਂ ਕੁਛ ਸਟੂਡੈਂਟਸ ਜਿਹੜੇ ਕਿ ਆਪਾਂ ਬਿਲੋ ਐਵਰੇਜ ਮੰਨ ਕੇ ਚੱਲੀਏ, ਉਹਨਾਂ ਲਈ ਉਹਨਾਂ ਕ੍ਰੈਡੀਬਿਲਿਟੀਜ਼ ਨੂੰ ਪਾਸ ਕਰਨਾ ਮੁਸ਼ਕਿਲ ਹੋ ਜਾਏਗਾ, ਵੀਜ਼ਾ ਲੈਣਾ ਥੋੜ੍ਹਾ ਮੁਸ਼ਕਿਲ ਹੋ ਸਕਦਾ। ਉਸ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ UK ਦੀਆਂ ਯੂਨੀਵਰਸਿਟੀਜ਼ ਨੇ ਬਹੁਤ ਹੀ ਬੋਲਡ ਸਟੈਪ ਲਿਆ। ਡੈਫੀਨੇਟਲੀ ਜਿਵੇਂ ਆਪਾਂ ਦੇਖਦੇ ਹਾਂ ਕਿ ਸਪਟੈਂਬਰ ਤੋਂ ਬਾਅਦ ਹੁਣ ਜਨਵਰੀ ਇਨਟੇਕ ਨੈਕਸਟ ਸੀਗਾ, ਬਟ ਨਵੰਬਰ ਇਨਟੇਕ ਇੱਕ ਸਪੈਸ਼ਲ ਇਨਟੇਕ ਬਣ ਕੇ ਆਇਆ UK ਵੱਲੋਂ। ਸੋ ਇਸ ਇਨਟੇਕ ਦੇ ਵਿੱਚ ਸਟੂਡੈਂਟਸ ਆਪਣੀਆਂ ਐਪਲੀਕੇਸ਼ਨਸ ਨੂੰ ਪ੍ਰੋਸੈਸ ਕਰ ਪਾਉਣਗੇ, ਪ੍ਰੈਜੈਂਟ ਰੂਲਸ ਦੇ ਅਕੋਰਡਿੰਗਲੀ ਆਪਣੇ ਵੀਜ਼ਾ ਲੈ ਸਕਦੇ। ਜਗਪ੍ਰੀਤ ਜੀ, ਸਭ ਤੋਂ ਪਹਿਲਾਂ ਸਮੇਂ ਦੀ ਗੱਲ ਕਰ ਲੈਂਦੇ ਹਾਂ ਕਿ ਨਵੰਬਰ ਇਨਟੇਕ ਲਈ ਅੱਜ ਜਿਵੇਂ ਕਿ ਹੈਗੀ ਆ 21 ਅਗਸਤ, ਤੋਂ ਕਿੰਨਾ ਕੁ ਸਮਾਂ ਹੈਗਾ ਸਟੂਡੈਂਟਸ? ਬਿਲਕੁਲ ਜੀ ਦੀਪਕ ਜੀ, ਹੁਣ ਨਵੰਬਰ ਦੀ ਗੱਲ ਕਰਾਂ ਤਾਂ ਵਿੱਚ ਅਗਰ ਆਪਾਂ ਕੈਲਕੂਲੇਟ ਕਰੀਏ ਅਗਸਤ ਨੂੰ ਤਾਂ ਮੈਂ ਬਿਲਕੁਲ ਖਤਮ ਮੰਨਦਾ ਕਿਉਂਕਿ 9-10 ਦਿਨ ਰਹਿ ਗਏ ਨੇ। ਸੋ ਸਪਟੈਂਬਰ ਔਰ ਅਕਤੂਬਰ 2 ਮਹੀਨੇ ਵਿੱਚ ਬਚਦੇ ਹੈ, ਪ੍ਰੈਫਰੇਬਲੀ ਨਵੰਬਰ। ਅਗਰ ਆਪਾਂ ਗੱਲ ਕਰੀਏ ਫਸਟ ਵੀਕ ਆਫ ਨਵੰਬਰ ਜਾਂ ਸੈਕਿੰਡ ਆਫ ਵੀਕ ਆਫ ਨਵੰਬਰ ਦੀਆਂ ਕਲਾਸਿਸ ਵੀ ਹੋਣ ਤਾਂ ਐਟਲੀਸਟ ਫਾਈਲਸ ਅੰਬੈਸੀ 'ਚ ਅਕਤੂਬਰ 'ਚ ਜਾਣੀਆਂ ਚਾਹੀਦੀਆਂ ਨੇ ਲਾਸਟ ਤੱਕ। ਸੋ ਉਸ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਸਟੂਡੈਂਟਸ ਕੋਲ ਕੋਈ ਜ਼ਿਆਦਾ ਸਮਾਂ ਨਹੀਂ ਹੈ ਨਵੰਬਰ ਇਨਟੇਕ ਲਈ। ਸੋ ਅਗਰ ਸਟਿਲ ਜਿਹੜੇ ਵੀ ਸਟੂਡੈਂਟ ਜਾਣਾ ਚਾਹੁੰਦੇ ਸੀ UK, ਜਨਵਰੀ ਇਨਟੇਕ 'ਚ ਵੀ ਜਾ ਸਕਦੇ ਹੈ। ਬਟ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਨਵੰਬਰ ਦੇ ਵਿੱਚ ਵੀ ਆਪਣੀਆਂ ਐਪਲੀਕੇਸ਼ਨ ਨੂੰ ਪ੍ਰੋਸੈਸ ਕਰ ਪਾਓ, ਤਾਂ ਆਹ ਇੱਕ ਬਿਲਕੁਲ ਸਹੀ ਸਮਾਂ ਹੈ ਜਿਹਦੇ ਵਿੱਚ ਤੁਸੀਂ ਇਮੀਡੀਏਟ ਗਰਾਊਂਡਸ ਦੇ ਉੱਤੇ ਆਪਣੀਆਂ ਐਪਲੀਕੇਸ਼ਨਸ ਨੂੰ ਪ੍ਰੋਸੈਸ ਕਰ ਸਕਦੇ। ਗਰਾਊਂਡ ਵਰਕ ਤੇ ਆਪਾਂ ਬੇਸਿਕਲੀ ਦੱਸ ਦਈਏ ਮੇਨ ਪ੍ਰੋਸੈਸ ਗਰਾਊਂਡ ਵਰਕ ਦੇ, ਇਮੀਡੀਏਟਲੀ ਕੀ ਸ਼ੁਰੂ ਕਰਦੇ? ਇਮੀਡੀਏਟਲੀ ਆਪਣੀਆਂ ਐਡਮਿਸ਼ਨ ਪ੍ਰੋਸੈਸ ਨੂੰ ਸਟਾਰਟ ਕਰੇ ਜੀ, ਆਪਣੇ ਆਫਰ ਲੈਟਰਸ ਜਿਹੜੇ ਨੇ। ਬਹੁਤ ਸਾਰੇ ਸਟੂਡੈਂਟ ਹੈ ਜਿਨ੍ਹਾਂ ਨੇ ਸਪਟੈਂਬਰ ਇਨਟੇਕ ਦੇ ਵਿੱਚ ਆਪਣੇ ਆਫਰ ਅਪਲਾਈ ਕੀਤੇ ਹੋਏ ਸੀ ਔਰ ਉਹਨਾਂ 'ਚੋਂ ਕਾਫੀਆਂ ਨੂੰ ਮਿਲੇ ਨੇ। ਰੀਜ਼ਨ ਕਿ ਉੱਥੋਂ ਦੀਆਂ ਸੀਟਸ ਭਰ ਗਈਆਂ ਸੀ, ਕੁਛ ਗਵਰਨਮੈਂਟ ਰਿਸਟ੍ਰਿਕਸ਼ਨ ਸੀਗੀਆਂ, ਨੰਬਰ ਆਫ ਸੀਟਸ ਵੀ ਘਟੀਆਂ ਨੇ। ਸੋ ਉਹ ਵਾਲੇ ਸਟੂਡੈਂਟਸ ਵੇਟ ਨਾ ਕਰਨ, ਉਹ ਇੱਕ ਆਪਣੇ ਆਪ ਨੂੰ ਬੈਕਅਪ ਬਣਾ ਕੇ ਨਵੰਬਰ ਇਨਟੇਕ ਦੇ ਵਿੱਚ ਐਪਲੀਕੇਸ਼ਨ ਅੱਜ ਹੀ ਸਟਾਰਟ ਕਰ ਦੇਣ। ਸਪੈਸ਼ਲ ਇੱਕ ਸਟੂਡੈਂਟਸ ਦਾ ਗਰੁੱਪ ਹੁੰਦਾ ਜਿਹੜੇ ਕਿ ਕੁਛ ਸੈਂਸਿਟਿਵ ਪ੍ਰੋਗਰਾਮਸ ਦੇ ਵਿੱਚ ਜਾਂਦੇ ਨੇ, ਜਿਨ੍ਹਾਂ ਦੇ ਵਿੱਚ ਕੁਛ ਮੈਡੀਕਲ ਪ੍ਰੋਗਰਾਮਸ ਆਉਂਦੇ ਨੇ ਜਾਂ ਇੰਜੀਨੀਅਰਿੰਗ ਪ੍ਰੋਗਰਾਮਸ ਆਉਂਦੇ। ਸੋ ਉਹ ਆਪਸ਼ਨਸ ਵੀ ਅਵੇਲੇਬਲ ਹੁੰਦੀਆਂ ਨੇ ਨਵੰਬਰ ਦੇ ਵਿੱਚ, ਇਨਟੇਕ ਦੇ ਵਿੱਚ ਅਵੇਲੇਬਲ ਹੈ। ਉਹਨਾਂ ਸਾਰੇ ਸਟੂਡੈਂਟਸ ਦੇ ਲਈ ਇੱਕ ਡਾਕੂਮੈਂਟ ਚਾਹੀਦਾ ਹੁੰਦਾ ਜੀ ਅਟੈਸ,
ਆਮ ਤੌਰ ਤੇ ਸਟੂਡੈਂਟ ਵਾਕਿਫ ਰਹਿੰਦਾ ਜੀ ਆਫਰ ਲੈਟਰ ਆਉਂਦੀ ਹੈ ਕੈਸ਼ ਲੈਟਰ ਆਉਂਦਾ ਬਟ ਜਿਹੜੇ ਸੈਂਸਿਟਿਵ ਗਰੁੱਪਸ ਨੇ ਲਾਈਕ ਮੈਡੀਕਲ ਸਾਇੰਸਿਸ 'ਚ ਸਟੂਡੈਂਟ ਗਿਆ ਕੋਈ ਇੰਜੀਨੀਅਰਿੰਗ ਦੇ ਵਿੱਚ ਮਾਸਟਰਸ ਕਰਨ ਜਾ ਰਿਹਾ ਸੋ ਉਹ ਸਾਰੇ ਸਟੂਡੈਂਟਸ ਨੂੰ ਅਟੈਚ ਚਾਹੀਦਾ ਹੁੰਦਾ ਜਿਹਦਾ ਕਿ ਖੁਦ ਦਾ ਇੱਕ ਟਾਈਮ ਪੀਰੀਅਡ ਹੈ 4 weeks ਦਾ ਯਾਨੀ ਕਿ ਇੱਕ ਮਹੀਨਾ ਆਪਾਂ ਮੰਨ ਕੇ ਚੱਲੀਏ 4 weeks ਉਹਨਾਂ ਨੂੰ ਵਰਕਿੰਗ ਡੇਜ਼ ਦੇ ਨਾਲ ਕੈਲਕੂਲੇਟ ਕਰਦੇ ਸੋ ਅਗਰ ਤੁਸੀਂ ਉਸ ਕੈਟੇਗਰੀ 'ਚ ਅਪਲਾਈ ਕਰ ਰਹੇ ਹੋ ਬਹੁਤ ਸਾਰੇ ਸਟੂਡੈਂਟ ਨੇ ਜਿਹੜੇ ਬੀ ਟੈਕ ਤੋਂ ਬਾਅਦ ਐਮ ਟੈਕ ਕਰਨਾ ਚਾਹੁੰਦੇ ਨੇ ਬ੍ਰਾਈਟ ਸਟੂਡੈਂਟ ਹੁੰਦੇ ਨੇ ਸੋ ਉਹ ਵੀ ਆਪਣੀਆਂ ਐਪਲੀਕੇਸ਼ਨ ਨੂੰ ਸਹੀ ਸਮੇਂ ਅੱਜ ਹੀ ਸਟਾਰਟ ਕਰ ਲੈਣ ਸੋ ਦੈਟ ਤੁਹਾਡੀ ਡਾਕੂਮੈਂਟੇਸ਼ਨ ਦੀ ਜਿਹੜੀ ਫਾਰਮੈਲਿਟੀ ਹੈ ਉਹ ਬਿਲਕੁਲ ਔਨ ਟਾਈਮ ਕਲੀਅਰ ਹੋ ਜਾਵੇ ਜਿਹੜਾ ਨਵੰਬਰ ਇਨਟੇਕ ਹੈ ਇਹਦੇ 'ਚ ਕੋਈ ਸਪੈਸ਼ਲ ਪ੍ਰੋਵੀਜ਼ਨਸ ਵੀ ਨੇ ਸਟੂਡੈਂਟਸ ਬਿਲਕੁਲ ਜੀ ਸਪਟੈਂਬਰ ਦੇ ਵਿੱਚ ਵੀ ਆਪਾਂ ਦੇਖਿਆ ਕਿ ਸਟੂਡੈਂਟਸ ਜਿਹੜੇ ਕਿ ਮੈਂ ਇਸ ਵੀਡੀਓ ਦੇ ਸਟਾਰਟ 'ਚ ਵੀ ਕਿਹਾ ਕਿ ਜਨਵਰੀ ਦੇ ਵਿੱਚ ਜਿਹੜੇ ਅਪਲਾਈ ਕਰਨਗੇ ਕੇਸਿਸ ਹੋ ਸਕਦਾ ਵੀ ਕਿਤੇ ਨਾ ਕਿਤੇ ਬਿਲੋ ਐਵਰੇਜ ਸਟੂਡੈਂਟਸ ਨੂੰ ਪ੍ਰੋਬਲਮ ਆਵੇ ਸੋ ਸਪਟੈਂਬਰ ਦੇ ਵਿੱਚ ਉਹ ਸਟੂਡੈਂਟਸ ਜਿਨ੍ਹਾਂ ਨੇ ਅਪਲਾਈ ਕੀਤਾ ਸੀ ਜਿਨ੍ਹਾਂ ਦੇ 60% ਤੋਂ ਮਾਰਕਸ ਘੱਟ ਸੀਗੇ ਜਾਂ ਓਵਰਆਲ ਪਰਸੈਂਟੇਜ ਉਹਨਾਂ ਦੀ 50% ਸੀ 52 ਸੀ ਜਾਂ 48 ਸੀ ਸਮਥਿੰਗ ਅਬਾਊਟ ਸੋ ਉਹ ਸਟੂਡੈਂਟਸ ਦੇ ਲਈ ਵੀ ਓਪਰਚੁਨਿਟੀ ਹੈ ਨਵੰਬਰ ਇਨਟੇਕ ਸੋ ਜਿਹੜੇ ਕਿ ਅਕੈਡਮੀ ਕ੍ਰੈਡੀਬਿਲਿਟੀ ਨੂੰ ਬਹੁਤ ਔਖੇ ਤਰੀਕੇ ਦੇ ਨਾਲ ਬੀਟ ਕਰਦੇ ਨੇ ਉਹ ਸਟੂਡੈਂਟਸ ਵੀ ਅਪਲਾਈ ਕਰਨ ਔਰ ਇਸ ਗੋਲਡਨ ਓਪਰਚੁਨਿਟੀ ਨੂੰ ਤੁਸੀਂ ਕੈਸ਼ ਕਰ ਸਕਦੇ ਹੋ ਖਾਸ ਤੌਰ 'ਤੇ ਨਵੰਬਰ ਦਾ ਜਿਹੜਾ ਸਪੈਸ਼ਲ ਇਨਟੇਕ ਜਗਜੀਤ ਜੀ ਲਾਸਟ ਸਵਾਲ ਨਵੰਬਰ ਇਨਟੇਕ ਬਿਨਾਂ ਆਇਲਸ ਵਾਲੇ ਸਟੂਡੈਂਟ ਅਟੈਂਪਟ ਕਰਨ ਦੀ ਸੋਚਣ ਜਾਂ ਨਾ ਦੇਖੋ ਜੀ ਬਿਨਾਂ ਆਇਲਸ ਵਾਲੇ ਸਟੂਡੈਂਟ ਅਟੈਂਪਟ ਕਰ ਸਕਦੇ ਆ ਨੋ ਡਾਊਟ ਉਹਨਾਂ ਦੇ ਇੰਗਲਿਸ਼ ਦੇ ਮਾਰਕਸ ਜਿਹੜੇ ਮੈਂ ਜਿਵੇਂ ਦੱਸਿਆ ਕਿ 60 ਦੇ ਆਸ ਪਾਸ ਹੋਣੇ ਚਾਹੀਦੇ ਆ ਉਹ ਤੋਂ ਘੱਟ ਹੈ ਤਾਂ ਕੁਝ ਫਾਊਂਡੇਸ਼ਨ ਪ੍ਰੋਗਰਾਮਸ ਲੱਗ ਸਕਦੇ ਨੇ ਆਮ ਤੌਰ 'ਤੇ ਜਿੱਦਾਂ ਆਪਾਂ ਦੇਖਦੇ ਜਨਵਰੀ 'ਚ ਬਹੁਤ ਸਾਰੇ ਫਾਊਂਡੇਸ਼ਨ ਪ੍ਰੋਗਰਾਮ ਦੇਖਣ ਨੂੰ ਮਿਲਦੇ ਆ ਸੋ ਨਵੰਬਰ 'ਚ ਵੀ ਪੋਸੀਬਿਲਿਟੀ ਹੋਏਗੀ ਵਿਦਆਊਟ ਆਇਲਸ ਵਾਲੇ ਸਟੂਡੈਂਟਸ ਨੂੰ ਜਾਂ ਜਿਹੜੇ ਕਿ ਐਵਰੇਜ ਕ੍ਰੈਡੀਬਿਲਿਟੀ ਨੂੰ ਮੀਟ ਕਰਦੇ ਨੇ ਸੋ ਡੈਫੀਨੇਟਲੀ ਉਹ ਸਾਰੇ ਸਟੂਡੈਂਟਸ ਨਵੰਬਰ ਲਈ ਵੀ ਆਪਣੇ ਆਪ ਨੂੰ ਪੁਸ਼ ਕਰ ਸਕਦੇ ਆ ਸੋ ਦੋਸਤੋ ਕੋਵਿਡ ਦੇ ਇਸ ਪੀਰੀਅਡ ਦੇ ਦੌਰਾਨ ਇੱਕ ਗੋਲਡਨ ਓਪਰਚੁਨਿਟੀ ਹੈ ਪਰ ਨਾਲ ਹੀ ਤੁਹਾਨੂੰ ਇਹ ਵੀ ਐਡਵਾਈਸ ਕਰਾਂਗੇ ਜਿਵੇਂ ਕਿ ਬ੍ਰੌਡਵੇ ਹਮੇਸ਼ਾ ਤੋਂ ਕਹਿੰਦਾ ਰਿਹਾ ਕਿ ਸੇਫ ਰਹੋ ਸੁਰੱਖਿਅਤ ਰਹੋ ਔਨਲਾਈਨ ਜਿੰਨਾ ਹੋ ਸਕੇ ਤੁਹਾਡਾ ਪ੍ਰੋਸੀਜਰ ਉਹਨੂੰ ਕੰਪਲੀਟ ਕਰੋ ਬ੍ਰੌਡਵੇ ਨੇ ਪੂਰਾ ਪਲੈਟਫਾਰਮ ਔਨਲਾਈਨ ਪ੍ਰੋਸੀਜਰ ਦਾ ਤਿਆਰ ਕੀਤਾ ਜਿਹੜਾ ਕਿ ਬਹੁਤ ਹੀ ਸਿੰਪਲ ਹੈ ਤੁਸੀਂ ਇੱਕ ਮਿੰਟ ਦੀ ਹੁਣ ਇਸ ਇੱਕ ਵੀਡੀਓ ਦੇਖੋਗੇ ਬ੍ਰੌਡਵੇ ਦੀ ਜਿਹਦੇ ਵਿੱਚ ਸਾਰਾ ਪ੍ਰੋਸੀਜਰ ਐਕਸਪਲੇਨ ਕੀਤਾ ਸੋ ਇਸੇ ਤਰੀਕੇ ਨਾਲ ਸਾਡੀ ਵੀ ਕੋਸ਼ਿਸ਼ ਰਹੇਗੀ ਜੀ ਕਿ ਅਸੀਂ ਕੁਝ ਨਵੇਂ ਵੀਡੀਓਜ਼ ਲੈ ਕੇ ਤੁਹਾਡੇ ਤੱਕ ਰੀਸੈਂਟ ਅਪਡੇਟਸ ਦੇ ਨਾਲ ਪਹੁੰਚਦੇ ਰਹੀਏ ਸੋ ਦੈਟ ਤੁਹਾਡੇ ਜਿਹੜੇ ਐਪਲੀਕੇਸ਼ਨ ਪ੍ਰੋਸੈਸ ਹੈ ਉਹ ਬਿਨਾਂ ਕਿਸੇ ਰੁਕਾਵਟ ਦੇ ਚੱਲਦੇ ਰਹੇ ਸੋ ਅੱਜ ਦੇ ਇਸ ਵੀਡੀਓ ਨੂੰ ਆਪਾਂ ਇੱਥੇ ਖਤਮ ਕਰਦੇ ਹਾਂ ਸਾਨੂੰ ਦਿਓ ਇਜਾਜ਼ਤ ਮਿਲਾਂਗੇ ਜੀ ਕੁਝ ਨਵੇਂ ਵੀਡੀਓਜ਼ ਨਵੇਂ ਅਪਡੇਟਸ ਦੇ ਨਾਲ ਥੈਂਕ ਯੂ ਸਤਿ ਸ਼੍ਰੀ ਅਕਾਲ ਦੋਸਤ ਜ਼ਿਆਦਾ ਸਮਾਂ ਤੁਹਾਡਾ ਮੈਂ ਸਟਾਰਟਿੰਗ 'ਚ ਨਹੀਂ ਲਊਂਗਾ ਸਿਰਫ ਇੱਕ ਮਿੰਟ ਦਾ ਵੀਡੀਓ ਰਹੇਗਾ 30 ਸੈਕਿੰਡ ਦੀਆਂ 2 ਇੰਪੋਰਟੈਂਟ ਗੱਲਾਂ ਦੱਸਣੀਆਂ ਚਾਹੂੰਗਾ ਸਭ ਤੋਂ ਪਹਿਲਾਂ ਵੱਧ ਰਹੀ ਕੋਵਿਡ ਦੀ ਸਿਚੁਏਸ਼ਨ ਦੇ ਵਿੱਚ ਕੋਸ਼ਿਸ਼ ਕਰੋ ਕਿ ਵੱਧ ਤੋਂ ਵੱਧ ਜਿਹੜੀਆਂ ਸਰਵਿਸਿਜ਼ ਨੇ ਉਹਨਾਂ ਨੂੰ ਔਨਲਾਈਨ ਯੂਟੀਲਾਈਜ਼ ਕਰੋ ਪਰਸਨਲ ਲਾਈਫ ਦੇ ਵਿੱਚ ਸੋ ਬ੍ਰੌਡਵੇ ਵੀਜ਼ਾ ਅਪਲਾਈ ਕਰਨ ਵਾਲਿਆਂ ਲਈ ਵੀ ਔਨਲਾਈਨ ਸਰਵਿਸਿਜ਼ ਅਸਿਸਟ ਕਰ ਰਹੀ ਹੈ ਤੁਸੀਂ ਸਾਡੀ ਵੈਬਸਾਈਟ 'ਤੇ ਜਾਓ broadwaystudy.com ਬੁੱਕ ਯੋਰ ਕਾਉਂਸਲਿੰਗ ਦਾ ਫਾਰਮ ਭਰੋ ਔਰ 24 ਘੰਟੇ ਦੇ ਵਿੱਚ ਸਾਡੀ ਟੀਮ ਤੁਹਾਨੂੰ ਵੀਡੀਓ ਕਾਲ 'ਤੇ ਕਨੈਕਟ ਹੋਏਗੀ ਤੁਸੀਂ ਆਪਣਾ ਪੂਰਾ ਪ੍ਰੋਫਾਈਲ ਡਿਸਕਸ ਕਰਕੇ ਘਰੇ ਬੈਠੇ ਆਪਣੇ ਕੇਸ ਨੂੰ ਇਨਰੋਲਡ ਕਰਕੇ ਚਲਾ ਸਕੋਗੇ ਔਰ ਬ੍ਰੌਡਵੇ ਤੁਹਾਨੂੰ ਵੀਜ਼ਾ ਤੱਕ ਦੀ ਸਾਰੀ ਸਰਵਿਸ ਔਨਲਾਈਨ ਘਰੇ ਬੈਠੇ ਦੇਗੀ ਇਸ ਤੋਂ ਇਲਾਵਾ ਜਿਹੜੇ ਬੱਚੇ ਆਇਲਸ ਪੀਟੀ ਡਿਊਲਿੰਗੋ ਦੀਆਂ ਕੋਚਿੰਗ ਲੈਣਾ ਚਾਹੁੰਦੇ ਆ ਉਹਨਾਂ ਲਈ ਅਸੀਂ ਸਪੈਸ਼ਲ ਕਲਾਸਿਸ ਸਟਾਰਟ ਕੀਤੀਆਂ ਨੇ ਜਿਹਦੇ ਵਿੱਚ ਇੱਕ ਟੀਚਰ 3 ਸਟੂਡੈਂਟ ਔਰ 1 ਘੰਟੇ ਦੀ ਡੈਡੀਕੇਟਿਡ ਕਲਾਸ ਹੋਏਗੀ ਉਹਦੇ ਨਾਲ ਅਰਾਊਂਡ 12 ਤੋਂ 13 ਘੰਟੇ ਤੁਹਾਨੂੰ ਇੱਕ ਵਟਸਐਪ ਨੰਬਰ ਦਿੱਤਾ ਜਾਏਗਾ ਆਵਰਸ ਉਹਦੇ ਦੱਸੇ ਜਾਣਗੇ ਜਿਹਦੇ ਵਿੱਚ ਤੁਸੀਂ ਆਪਣੇ ਕੋਈ ਵੀ ਕੁਐਸਚਨ ਡਾਊਟਸ ਡਿਊਰਿੰਗ ਦਾ ਪ੍ਰੈਕਟਿਸ ਜਿਹੜੀ ਤੁਸੀਂ ਘਰੇ ਕਰਦੇ ਹੋ ਉਹ ਪੁੱਛ ਸਕੋ ਟੀਮ ਨਾਲ ਕਨੈਕਟ ਕਰੋ ਅੱਜ ਦੇ ਇੰਪੋਰਟੈਂਟ ਸ਼ੋਅ ਵੱਲ ਚੱਲਦੇ ਹਾਂ ਸਤਿ ਸ਼੍ਰੀ ਅਕਾਲ ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ